ਬੇੜੀਆਂ ਵਰਗੇ ਹੁੰਦੇ ਆ, ਤੁਹਾਡਾ ਕੰਮ ਹੈ ਆਇਆਂ ਨੂੰ ਸਾਂਭਣਾ, ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਪ੍ਰਸ਼ਾਸਨ ਵੀ ਖੁਸ਼ ਹੋਵੇ, ਅਸੀਂ ਵੀ ਖੁਸ਼ ਹੋਈਏ। ਵੀਰ ਬਣ ਕੇ ਆ ਜਿਹੜੇ ਇੱਥੇ ਖੜੇ ਆ, 100 ਕੁ ਬੰਦਾ ਪਿੱਛੇ ਨੂੰ ਹੋ ਜਾਓ, ਜੇ ਮੈਨੂੰ ਪਿਆਰ ਕਰਦੇ ਹੋ, ਜੇ ਪੰਜਾਬੀਅਤ ਨੂੰ ਪਿਆਰ ਕਰਦੇ ਹੋ, ਪਿੱਛੇ ਨੂੰ ਹੋ ਜਾਓ ਮਾੜਾ ਜਿਹਾ ਵੀਰ ਬਣ ਕੇ, ਫੁੱਟ ਫੁੱਟ ਧੱਕਾ ਮਾਰੋ ਪਿੱਛੇ ਨੂੰ, ਕਦੇ ਕੂਈ ਚੋਂ ਪੱਖਾ ਨਹੀਂ ਕੱਢਿਆ, ਮਾਰੋ ਪਿੱਛੋਂ ਜ਼ੋਰ। ਸੋ ਬੇਨਤੀ ਹੈ ਕਿ ਪ੍ਰਸ਼ਾਸਨ ਵੱਲੋਂ ਇਹ ਸਖ਼ਤ ਹਦਾਇਤ ਹੈ ਕਿ ਕੋਈ ਵੀ ਵਿਘਨ ਜਿਹੜਾ ਪਾਊਗਾ ਉਹਦੇ ਤੇ ਉਹ ਕਾਰਵਾਈ ਕਰ ਸਕਦੇ ਆ। ਸੋ ਮੇਰੀ ਬੇਨਤੀ ਹੈ ਕੰਮ ਨਹੀਂ ਕਰਨਾ, ਬਾਕੀ ਠੀਕ ਹੈ, ਕਿਉਂਕਿ ਗੀਤਾਂ ਤੇ ਹੁਣ ਬੈਨ ਬਹੁਤ ਚੀਜ਼ਾਂ ਤੇ ਲੱਗ ਗਿਆ, ਕਿਤੇ ਖਾੜਿਆਂ ਤੇ ਨਾ ਲਵਾ ਲਿਓ, ਫਿਰ ਬੈਠੇ ਝੂਰੀ ਜਾਇਆ ਕਰੋ ਵੀ ਖਾੜਾ ਤਾਂ ਲੱਗਦੇ ਨੇ, ਹੁਣ ਫਿਰ ਵਿਆਹ ਵਾਲਿਆਂ ਨੇ ਵੜਨ ਨਹੀਂ ਦਿਆ ਕਰਨਾ, ਖਾੜੇ ਲੱਗਿਆ ਕਰਨੇ। ਆਹ ਮੁੰਡੇ ਬਹੁਤ ਵਧੀਆ ਜੰਮੇ ਖੜੇ ਆ, ਥੈਂਕ ਯੂ ਵੈਰੀ ਮਚ, ਦੇਖੋ ਕਿੰਨਾ ਸੋਹਣਾ ਖੜਿਆ, ਇੱਕ ਵੀ ਬੰਦਾ ਨੇ ਹਿੱਲਿਆ, ਮੈਂ ਨੋਟ ਕਰ ਲਿਆ, ਇੱਧਰ ਵਾਲੇ ਇੱਥੇ ਵੀ, ਇੱਥੇ 20 ਹੈ ਸਾਹਮਣੇ ਜਿੱਥੇ ਸਰਦਾਰ ਜੀ ਖੜੇ, ਆਹ ਮੁੰਡੇ ਠੀਕ ਹੈ, ਇੱਧਰ ਵਾਲੇ ਵੀ ਬਹੁਤ ਵਧੀਆ, ਆ ਜਿੱਥੇ ਮੁੰਡਾ ਪੰਜਾਬ ਪੁਲਿਸ ਵਾਲੇ ਖੜੇ ਆ, ਇਹ ਨਹੀਂ ਠੀਕ, 20 ਕੁ ਬੰਦੇ ਆ, ਪੁਲਿਸ ਵਾਲਿਆਂ ਕੋਲ 100 ਕੁ ਗੱਡੀ ਹੈ ਤੇ ਬੰਦਾ ਇਹਨਾਂ ਨੇ 10 ਨੂੰ ਗੁਣਾ ਕਰਕੇ ਲੈ ਜਾਣਾ 1000 ਰੁਪਏ। ਸੋ ਕਰੀਏ ਸ਼ੁਰੂ। ਇੱਕ ਛੋਟੀ ਜਿਹੀ ਹੋਰ ਬੇਨਤੀ ਹੈ, ਕਲਾਕਾਰਾਂ ਨੂੰ ਮਨੋਰੰਜਨ ਲਈ ਰਹਿਣ ਦਿਓ, ਇਹਨਾਂ ਨੂੰ ਮਹਾਨ ਨਾ ਬਣਾਇਆ ਕਰੋ। ਸੋ ਮੇਰੀ ਬੇਨਤੀ ਹੈ, ਮੇਰੀ ਗੱਡੀ ਪਿੱਛੇ ਨਾ ਭੱਜਿਓ ਵੀਰ ਬਣ ਕੇ, ਇਹ ਮੇਰੀ ਬੇਨਤੀ ਹੈ। ਗੀਤ ਸੁਣੋ, ਦੇਖੋ, ਘਰਾਂ ਨੂੰ ਜਾਓ, ਗੀਤ ਨੂੰ ਦਿਲ ਤੇ ਨਹੀਂ ਲਾਉਣਾ, ਗੀਤ ਪਿੱਛੇ ਲਾ ਕੇ ਕੋਈ ਗਲਤ ਕੰਮ ਨਹੀਂ ਕਰਨਾ, ਠੀਕ ਹੈ। ਐਵੇਂ ਮੈਂ ਆਪਦੀਆਂ ਰੋਟੀਆਂ ਸੇਕ ਲਈ ਕਹੂੰਗਾ, ਚੱਕ ਦੋ ਚੱਕ ਦੋ, ਜਦੋਂ ਪੁਲਿਸ ਫੜ ਕੇ ਲਿਜਾਂਦੀ ਹੈ ਨਾ ਥਾਣੇ 'ਚ, ਪੈਰਾਂ ਬਾਹਰ ਬਿਠਾਉਂਦੇ ਆ, ਪਹਿਲਾ ਕੰਮ ਇਹ ਕਰਦਾ, ਸਾਰੀ ਇੱਜ਼ਤ ਪੈਰਾਂ 'ਚ ਆ ਜਾਂਦੀ ਹੈ। ਸੋ ਆਪਣੀ ਇੱਜ਼ਤ ਆਪਣੇ ਹੱਥ ਹੈ ਮੇਰਾ ਵੀਰ, ਪੁਲਿਸ ਦੀ ਮਾਰ ਕਸੂਤੀ ਹੈ, ਬਚ ਕੇ ਰਹੋ, ਅਜੇ ਸਿਆਲ ਹੈਗਾ, ਸੱਟ ਜਾਂਦੀ ਨਹੀਂ ਸਾਰਾ ਸਿਆਲ। ਕਰੀਏ ਸ਼ੁਰੂ ਸ਼ੇਰੋ। ਜਿਹਦਾ ਗੀਤ 'ਚ ਧਿਆਨ ਆ ਗਿਆ, ਉਹ ਨਾ ਹਿੱਲੂਗਾ ਨਾ ਅੱਗੇ ਆਊਗਾ, ਇਹ ਮੇਰੀ ਗਰੰਟੀ ਹੈ, ਪਰ ਬਸ਼ਰਤੇ ਕਿ ਤੁਹਾਡੇ ਕੰਨ 'ਚ ਸੁਰ ਹੋਵੇ, ਜੇ ਤੁਹਾਡੇ ਕੰਨ ਬੇਸੁਰ ਹੋਏ ਹੋਗੇ ਫਿਰ ਮੈਨੂੰ ਸੁਣਨ ਦਾ ਕੋਈ ਫਾਇਦਾ ਨਹੀਂ। ਆਓ ਫਿਰ।